हेलो स्टूडेंट्स यूट्यूब चैनल सोशल शोशल स्वागत है अज अं अपने इस भीडियो में बी ए बी एस सी जनरल फस्ट ईयर फस्ट समेस्टर दिलेबस डिस्कस कर जा रहे हैं सबजैक्ट है समाज शास्त्र शिशोलॉजी जो एग्जाम दिसंबर टू थाउजेंड ट्वेंटी थ्री होने हैं समेस्टर फस्ट the name of paper is samaj shastra de buniyadi tat fundamentals of sociology isde maximum marks 100 han theory paper 90 marks da hovega internal assessment college di taraf to 10 marks di lagayi jayegi samay 3 ghante da hovega vidyarthiyon je is nal sambandhit tusi lectures dekhna chahunde ho sunna chahunde ho ta us de layi ਪਲੇਲਿਸਟ ਖੋਲ ਕੇ ਤੁਸੀਂ ਸਾਰੇ ਲੈਕਚਰਸ ਉਥੋਂ ਬਹੁਤ ਹੀ ਇਜ਼ੀ ਵਰਡਿੰਗ ਦੇ ਵਿੱਚ ਸੁਣ ਸਕਦੇ ਹੋ ਦੇਖ ਸਕਦੇ ਹੋ ਯਾਦ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਉਹ ਲੈਕਚਰਸ ਪ੍ਰੋਵਾਈਡ ਕਰਵਾਏ ਗਏ ਹਨ ਪੂਰੇ ਸਿਲੇਬਸ ਦਾ ਇਹ ਤੁਹਾਨੂੰ ਇਸ ਦੇ ਮਿਲ ਜਾਣਗੇ ਪੰਜਾਬੀ మీడియం ਦੇ ਵਿੱਚ ਵੀ ਹੈ ਹਿੰਦੀ మీడియం ਦੇ ਵਿੱਚ ਵੀ ਤੁਹਾਨੂੰ ਕੁਝ ਲੈਕਚਰਸ ਮਿਲਣਗੇ ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਤੁਹਾਨੂੰ ਸਿਲੇਬਸ ਪੰਜਾਬੀ ਹਿੰਦੀ మీడియం ਅਤੇ ਇੰਗਲਿਸ਼ మీడియం ਦੇ ਵਿੱਚ ਵੀ ਇੱਥੋਂ ਹੀ ਮਿਲ ਜਾਣਗੇ ਇਹੇ ਅਪਲੋਡ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਮੋਸਟ ਇੰਪੋਰਟੈਂਟ ਕੁਐਸਚਨਸ ਦੇ ਵੀਡੀਓ ਵੀ ਸ਼ਾਰਟ ਕੁਐਸਚਨਸ ਲੌਂਗ ਕੁਐਸਚਨ ਜਿਸ ਤਰ੍ਹਾਂ ਤੁਹਾਡੇ ਪੇਪਰ ਦੇ ਵਿੱਚ ਆਣੇ ਹਨ ਉਸੇ ਤਰ੍ਹਾਂ ਹੀ ਉਹ ਕੁਐਸਚਨਸ ਤਿਆਰ ਕੀਤੇ ਗਏ ਹਨ ਉੱਥੋਂ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਔਰ ਇਸ ਨਾਲ ਸੰਬੰਧਿਤ ਬਹੁਤ ਸਾਰੇ ਸਟੂਡੈਂਟਸ ਦੀ ਇਹ ਡਿਮਾਂਡ ਸੀ ਕਿ ਇਹ ਪੰਜਾਬੀ ਤੇ ਹਿੰਦੀ మీడియం ਦੇ ਵਿੱਚ ਸਿਲੇਬਸ ਦੇ ਡਿਸਕਸ ਕੀਤਾ ਜਾਵੇ ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਜੋ ਸਿਲੇਬਸ ਹੈ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਹੁੰਦਾ ਹੈ ਪੰਜਾਬੀ ਜਾਂ ਹਿੰਦੀ ਮੀਡੀਅਮ ਦੇ ਵਿੱਚ ਨਹੀਂ ਹੁੰਦਾ ਜਦਕਿ ਪੇਪਰ ਤਿੰਨੋਂ ਮੀਡੀਅਮ ਦੇ ਵਿੱਚ ਹੀ ਆਉਂਦਾ ਹੈ ਔਰ ਇਸੇ ਲਈ ਇਸ ਨੂੰ ਹੁਣ ਟਰਾਂਸਲੇਟ ਕਰਕੇ ਇੱਥੇ ਪੰਜਾਬੀ ਤੇ ਹਿੰਦੀ ਮੀਡੀਅਮ ਦੇ ਵਿੱਚ ਅਪਲੋਡ ਕੀਤਾ ਜਾ ਰਿਹਾ ਹੈ ਟਰਾਂਸਲੇਟ ਕਰਨ ਲੱਗਿਆਂ ਬਹੁਤ ਸਾਰੇ ਸ਼ਬਦ ਜੋ ਇੰਗਲਿਸ਼ ਦੇ ਵਿੱਚ ਇੱਕ ਵਰਡ ਹੁੰਦਾ ਹੈ ਔਰ ਪੰਜਾਬੀ ਦੇ ਵਿੱਚ ਦੋ ਤਿੰਨ ਵਰਡ ਜਾਂ ਹਿੰਦੀ ਦੇ ਵਿੱਚ ਵੀ ਉਸਦੇ ਦੋ ਤਿੰਨ ਵਰਡ ਆ ਜਾਂਦੇ ਆ ਉੱਥੇ ਥੋੜੀ ਕਨਫਿਊਜ਼ਨ ਹੋ ਸਕਦੀ ਹੈ ਇਸ ਲਈ ਤੁਸੀਂ ਆਪਣਾ ਇੰਗਲਿਸ਼ మీడియం ਦੇ ਵਿੱਚ ਵੀ ਕੁਐਸਚਨ ਜ਼ਰੂਰ ਸਮਝਣਾ ਔਰ ਡੈਫੀਨੇਸ਼ਨਸ ਮੇਨ ਹੈਡਿੰਗਸ ਵਗੈਰਾ ਤੁਸੀਂ ਇੰਗਲਿਸ਼ ਦੇ ਵਿੱਚ ਲਿਖ ਸਕਦੇ ਹੋ ਚਾਹੇ మీడియం ਤੁਹਾਡਾ ਪੰਜਾਬੀ ਹੈ ਚਾਹੇ ਹਿੰਦੀ ਹੈ ਔਰ ਇਸ ਦੇ ਨਾਲ ਇਹ ਹੋਏਗਾ ਕਿ ਪੇਪਰ ਜਿਹੜਾ ਤੁਹਾਡਾ ਕੁਐਸਚਨ ਪੇਪਰ ਹੋਏਗਾ ਪੇਪਰ ਦੇ ਵਿੱਚ ਉਹ ਪੰਜਾਬੀ ਹਿੰਦੀ ਇੰਗਲਿਸ਼ ਤਿੰਨੋਂ ਮੀਡੀਅਮ ਦਾ ਇਕੱਠਾ ਹੀ ਹੋਏਗਾ ਜੇ ਤੁਹਾਨੂੰ ਪੰਜਾਬੀ ਜਾਂ ਹਿੰਦੀ ਮੀਡੀਅਮ ਦੇ ਵਿੱਚ ਕੋਈ ਕਨਫਿਊਜ਼ਨ ਹੈ ਕਿਸੇ ਵਰਡ ਦੀ ਕੁਐਸਚਨ ਦੀ ਤਾਂ ਤੁਸੀਂ ਨਾਲ ਹੀ ਇੰਗਲਿਸ਼ ਮੀਡੀਅਮ ਦਾ ਪੇਪਰ ਦੇਖ ਕੇ ਉੱਥੋਂ ਸਮਝ ਸਕਦੇ ਹੋ ਕਿ ਇਸ ਕੁਐਸਚਨ ਦਾ ਆਨਸਰ ਕੀ ਦੇਣਾ ਹੈ ਇਸ ਤੋਂ ਇਲਾਵਾ ਵੀ ਜੇ ਕੋਈ ਪ੍ਰੋਬਲਮ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਹੁਣ ਅਸੀਂ ਡਿਸਕਸ ਕਰਦੇ ਹਾਂ ਇਸ ਦਾ ਸਿਲੇਬਸ ਸਭ ਤੋਂ ਪਹਿਲਾ ਹੈ ਪੇਪਰ ਸੈਟਰ ਤੇ ਸਟੂਡੈਂਟਸ ਦੇ ਲਈ ਇਨਸਟਰਕਸ਼ਨਸ ਹਦਾਇਤਾਂ ਇਹ ਲਿਖਤੀ ਪੇਪਰ ਜੋ ਹੈ ਇਸ ਦੇ ਵਿੱਚ ਕੁੱਲ 5 ਪ੍ਰਸ਼ਨ ਹੋਣਗੇ ਪ੍ਰਸ਼ਨ ਨੰਬਰ 1 ਲਾਜ਼ਮੀ ਹੋਏਗਾ ਇਹ ਛੋਟੇ ਉੱਤਰਾਂ ਵਾਲਾ ਹੋਏਗਾ ਇਸ ਦੇ ਵਿੱਚ 12 ਛੋਟੇ ਕੁਐਸਚਨਸ ਤੁਹਾਨੂੰ ਪੁੱਛੇ ਜਾਣਗੇ ਔਰ 2 ਨੰਬਰ ਦਾ ਇੱਕ ਹੋਏਗਾ ਔਰ ਨਾਂ ਦੇ ਤੁਸੀਂ ਆਨਸਰ ਦੇਣੇ ਹੋਣਗੇ ਇਹ ਚਾਰ ਲਾਈਨਾਂ ਦੇ ਵਿੱਚ ਇਸ ਦਾ ਆਨਸਰ ਤੁਸੀਂ ਦੇ ਸਕਦੇ ਹੋ ਇਸ ਤਰ੍ਹਾਂ 18 ਮਾਰਕਸ ਦਾ ਇਹ ਕੁਐਸਚਨ ਹੋ ਜਾਏਗਾ ਸ਼ਾਰਟ ਔਰ ਇਹ ਕੰਪਲਸਰੀ ਕੁਐਸਚਨ ਹੈ ਇਸ ਤੋਂ ਇਲਾਵਾ ਪ੍ਰਸ਼ਨ ਨੰਬਰ 2 ਤੋਂ ਲੈ ਕੇ 9 ਤੱਕ ਲੰਬੇ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ ਐਸੇ ਟਾਈਪ ਲੌਂਗ ਐਸੇ ਟਾਈਪ ਔਰ ਹਰੇਕ ਯੂਨਿਟ ਦੇ ਵਿੱਚੋਂ ਦੋ ਕੁਐਸਚਨ ਪੁੱਛੇ ਜਾਣਗੇ ਔਰ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ ਇਹ 18 ਨੰਬਰ ਦਾ ਹੋਏਗਾ ਲੌਂਗ ਕੁਐਸਚਨ ਇਸ ਤਰ੍ਹਾਂ ਦੇ ਨਾਲ ਚਾਰ ਤੁਸੀਂ ਲੌਂਗ ਕੁਐਸਚਨ ਕਰਨੇ ਆਂ ਔਰ ਇੱਕ ਸ਼ਾਰਟ ਕੁਐਸਚਨ ਵਾਲਾ ਜਿਹੜਾ ਉਸ ਦੇ ਵਿੱਚੋਂ ਨੌ ਕੁਐਸਚਨ ਕਰਨੇ ਆਂ ਪ੍ਰਾਈਵੇਟ ਉਮੀਦਵਾਰ ਜਿਨ੍ਹਾਂ ਦਾ ਪਹਿਲਾਂ ਅੰਦਰੂਨੀ ਮੁਲਾਂਕਣ ਨਹੀਂ ਹੋਇਆ ਮੀਨਸ ਕਿ ਜਿਹੜੇ ਪ੍ਰਾਈਵੇਟ ਸਟੂਡੈਂਟਸ ਆ ਜਿਨ ਕਾਲਜ ਦੇ ਵਿੱਚ ਨਹੀਂ ਪੜ ਰਹੇ ਉਹਨਾਂ ਦੀ ਇੰਟਰਨਲ ਅਸੈਸਮੈਂਟ ਥਿਊਰੀ ਪੇਪਰ ਦੇ ਹਿਸਾਬ ਨਾਲ ਲਗਾਈ ਜਾਂਦੀ ਹੈ ਥਿਊਰੀ ਪੇਪਰ ਦੇ ਵਿੱਚ ਜਿੰਨੇ ਤੁਹਾਡੇ ਨੰਬਰ ਆਣਗੇ ਉਸ ਦੇ ਵਿੱਚੋਂ ਹੀ ਤੁਹਾਡੀ ਪਰਸੈਂਟੇਜ ਨਿਕਾਲ ਕੇ ਇੰਟਰਨਲ ਅਸੈਸਮੈਂਟ ਲਗਾਈ ਜਾਏਗੀ ਹੁਣ ਇਸ ਤਰ੍ਹਾਂ ਸਿਲੇਬਸ ਇਸ ਤਰ੍ਹਾਂ ਹੈ ਯੂਨਿਟ 1 ਇਸ ਦੇ ਵਿੱਚ ਸਮਾਜ ਸ਼ਾਸਤਰ ਦੀ ਜਾਣ ਪਛਾਣ ਇਸ ਦਾ ਤੁਸੀਂ ਮੂਲ ਤੇ ਵਿਕਾਸ ਇਹ ਕਰਨਾ ਹੈ ਪ੍ਰਕਿਰਤੀ ਅਤੇ ਮਹੱਤਵ ਇਸ ਤੋਂ ਇਲਾਵਾ ਸਮਾਜ ਸ਼ਾਸਤਰ ਦਾ ਹੋਰ ਸਮਾਜਿਕ ਵਿਗਿਆਨ ਨਾਲ ਸੰਬੰਧ ਜਿਵੇਂ ਮਾਨਵ ਵਿਗਿਆਨ ਇਤਿਹਾਸ ਅਤੇ ਮਨੋਵਿਗਿਆਨ ਹੁਣ ਇੱਥੇ ਸਮਾਜ ਸ਼ਾਸਤਰ ਦੀ ਜਾਣ ਪਛਾਣ ਮੂਲ ਸ਼ਬਦ ਇੱਥੇ ਆਇਆ ਇਸ ਦੇ ਬੇਸਿਕ ਚੜ੍ਹੇ ਹੈਗੇ ਆ ਉਹ ਕਰਨੇ ਆ ਇਸ ਦੇ ਨਾਲ ਹੀ ਤੁਸੀਂ ਇੰਗਲਿਸ਼ ਮੀਡੀਅਮ ਦੇ ਵਿੱਚ ਦੇਖ ਸਕਦੇ ਹੋ ਇਹ ਵੀ ਤੁਹਾਨੂੰ ਮੈਂ ਦਿਖਾ ਦਨੀ ਹੈ ਇੱਥੇ ਸਿਲੇਬਸ ਇਸ ਦੇ ਵਿੱਚ ਹੈ ਇੰਟਰੋਡਕਸ਼ਨ ਟੂ ਸੋਸ਼ੀਓਲੋਜੀ ਇਸ ਦਾ origin ਸੋਸ਼ੀਓਲੋਜੀ ਦਾ ਆਰੰਭ ਕਿਸ ਤਰ੍ਹਾਂ ਹੋਇਆ ਉਹ ਤੁਸੀਂ ਦੱਸਣਾ ਇਸ ਨੂੰ ਪੰਜਾਬੀ ਦੇ ਵਿੱਚ ਮੂਲ ਕਿਹਾ ਗਿਆ ਹੈ ਇੰਗਲਿਸ਼ ਦੇ ਵਿੱਚ origin ਇਸ ਤਰ੍ਹਾਂ ਦੇ ਨਾਲ ਤੁਸੀਂ ਇਹ ਵਰਡ ਸਮਝਣੇ ਹੋਣਗੇ ਔਰ ਇਸ ਤਰ੍ਹਾਂ ਤੁਸੀਂ ਸਮਝ ਕੇ ਉਸ ਦਾ ਆਨਸਰ ਦੇਣਾ ਹੋਏਗਾ ਆਨਸਰ सेम ही ਹੈ ਫਿਰ ਇਸ ਦੀ ਡਿਵੈਲਪਮੈਂਟ ਕਿਵੇਂ ਹੋਈ ਇਸ ਦਾ ਨੇਚਰ ਕੀ ਹੈ ਪ੍ਰਕਿਰਤੀ ਕੀ ਹੈ ਇਸ ਦਾ ਮਹੱਤਵ ਕੀ ਹੈ ਇਹ ਸਿਲੇਬਸ ਦੇ ਵਿੱਚ ਤੁਹਾਡੇ ਹੈ ਔਰ ਇਸ ਤਰ੍ਹਾਂ ਫਸਟ ਯੂਨਿਟ ਦੇ ਵਿੱਚੋਂ ਤੁਹਾਨੂੰ ਦੋ ਕੁਐਸਚਨ ਪੁੱਛੇ ਜਾਣਗੇ ਇਸ ਦੇ ਵਿੱਚ ਤੁਸੀਂ ਕਰਨਾ ਇਸ ਦਾ origin ਕਿਸ ਤਰ੍ਹਾਂ ਹੋਇਆ ਇਸ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਇਸ ਦੀ ਪ੍ਰਕਿਰਤੀ ਕੀ ਹੈ ਤੇ ਕੀ ਮਹੱਤਵ ਹੈ ਸੋਸ਼ੀਓਲੋਜੀ ਦਾ ਦੂਸਰਾ ਇਸ ਦੇ ਵਿੱਚ ਹੈ ਸਮਾਜ ਸ਼ਾਸਤਰ ਦਾ ਹੋਰ ਸਮਾਜਿਕ ਵਿਗਿਆਨਾਂ ਨਾਲ ਸੰਬੰਧ ਜਿਸ ਦੇ ਵਿੱਚ ਸਿਰਫ ਮਾਨਵ ਵਿਗਿਆਨ ਇਤਿਹਾਸ ਤੇ ਮਨੋਵਿਗਿਆਨ ਇਹਨਾਂ ਤਿੰਨਾਂ ਦੇ ਨਾਲ ਹੀ ਇਸ ਦਾ ਸੰਬੰਧ ਤੁਸੀ ਯਾਦ ਕਰਨਾ ਹੈ ਇਸ ਦੇ ਵਿੱਚੋਂ ਹੀ ਕੁਐਸਚਨ ਤੁਹਾਡੇ ਆਉਣਗੇ ਦੋ ਕੁਐਸਚਨ ਇੱਕ ਤੁਸੀਂ ਕਰਨਾ ਹੋਵੇਗਾ ਕੁਐਸਚਨ ਕਿਸ ਟਾਈਪ ਦੇ ਹੋਣਗੇ ਤੁਸੀਂ ਉਸ ਦੇ ਲਈ ਤੁਸੀਂ ਮੋਸਟ ਇੰਪੋਰਟੈਂਟ ਕੁਐਸਚਨਸ ਦਾ ਵੀਡੀਓ ਦੇਖ ਸਕਦੇ ਹੋ ਸ਼ਾਰਟ ਕੁਐਸਚਨਸ ਤੁਹਾਡੇ ਪੂਰੇ ਸਿਲੇਬਸ ਚੋਂ ਕਿਤੇ ਵੀ ਆ ਸਕਦੇ ਆ ਲੌਂਗ ਕੁਐਸਚਨ ਯੂਨਿਟ ਵਾਈਜ਼ ਹਰ ਯੂਨਿਟ ਚੋਂ ਦੋ ਪੁੱਛੇ ਜਾਣਗੇ ਇੱਕ ਤੁਸੀਂ ਕਰਨਾ ਹੋਵੇਗਾ 18 ਮਾਰਕਸ ਦਾ ਹੋਵੇਗਾ ਯੂਨਿਟ 2 ਦੇ ਵਿੱਚ ਹੈ ਸਮਾਜ ਸਮਝ ਜਿਸ ਨੂੰ ਅੰਡਰਸਟੈਂਡਿੰਗ ਸੋਸਾਇਟੀ ਇਸ ਦਾ ਤੁਸੀਂ ਮੀਨਿੰਗ ਕਰਨਾ ਹੈ ਮੰਜੇਸਾ ਭਾਵ ਅਤੇ ਕੈਰੈਕਟਰਿਸਟਿਕਸ ਇਸ ਨੂੰ ਫੀਚਰਸ ਵੀ ਕਹਿ ਦਿੰਦੇ ਆ ਵਿਸ਼ੇਸ਼ਤਾਵਾਂ ਵੀ ਕਹਿ ਦਿੰਦੇ ਆ ਗੁਣ ਵੀ ਕਹਿ ਦਿੰਦੇ ਆ ਔਰ ਜ਼ਿਆਦਾਤਰ ਵਿਸ਼ੇਸ਼ਤਾਵਾਂ ਸ਼ਬਦ ਯੂਜ਼ ਕੀਤਾ ਜਾਂਦਾ ਹੈ ਤਾਂ ਕੈਰੈਕਟਰਸਟਿਕਸ ਦੇ ਲਈ ਤੁਸੀਂ ਵਿਸ਼ੇਸ਼ਤਾਵਾਂ ਜਾਂ ਲੱਛਣ ਇਹ ਵੀ ਕਿਹਾ ਜਾਂਦਾ ਹੈ ਤਾਂ ਜੇ ਵਿਸ਼ੇਸ਼ਤਾਵਾਂ ਪੁੱਛੀਆਂ ਲੱਛਣ ਪੁੱਛਿਆ ਜਾਂ ਗੁਣ ਪੁੱਛਿਆ ਤਾਂ ਤੁਸੀਂ ਉੱਥੇ ਇਹ ਉਹੀ ਕੁਐਸਚਨ ਦਾ ਆਨਸਰ ਦੇਣਾ ਹੈ ਇੱਥੇ ਠੀਕ ਵੀ ਕਰ ਦਿੰਨੇ ਆ ਕਿਉਂਕਿ ਬਹੁਤ ਸਾਰੇ ਬੱਚੇ ਨਹੀਂ ਤਾਂ ਕਨਫਿਊਜ਼ ਹੋ ਜਾਂਦੇ ਆ ਕਿ ਕੀ ਇੱਥੇ ਕੀਤਾ ਜਾਵੇ ਕਿ ਕਿਹੜਾ ਕੁਐਸਚਨ ਕਿਵੇਂ ਕਰਨਾ ਹੈ ਸੋ ਇਸ ਦੇ ਲਈ ਬਹੁਤ ਮਿਹਨਤ ਦੇ ਨਾਲ ਇਹ ਤਿਆਰ ਕੀਤੇ ਗਏ ਹੈ ਵਿਸ਼ੇਸ਼ਤਾਵਾਂ ਇੱਥੇ ਤੁਸੀਂ ਕਰ ਸਕਦੇ ਹੋ ਥੋੜੀ ਇਹ ਟਾਈਮ ਲੱਗੇਗਾ ਇਸ ਨੂੰ ਕਰਦੇ ਸੋ ਇਹਨੂੰ ਤੁਸੀਂ ਸਮਝ ਕੇ ਆਪਣੇ ਆਪ ਹੀ ਇਹ ਕਰ ਲਿਓ ਹਾਂਜੀ ਵਿਸ਼ੇਸ਼ਤਾਵਾਂ ਜਾਂ ਲੱਛਣ ਜਾਂ ਲੱਛਣ ਇਹਨੂੰ ਕੈਰੈਕਟੈਰਿਸਟਿਕਸ ਆ ਜਿਹੜੇ ਉਹਨਾਂ ਦੇ ਲਈ ਇਹ ਵਰਡ ਯੂਜ਼ ਹੁੰਦੇ ਆ ਇਸੇ ਤਰ੍ਹਾਂ ਤੁਹਾਡੇ ਪੇਪਰ ਦੇ ਵਿੱਚ ਵੀ ਕਨਫਿਊਜ਼ਨ ਹੋ ਸਕਦੀ ਹੈ ਉੱਥੇ ਜੇ ਭਾਵ ਲਿਖਿਆ ਤਾਂ ਉਸ ਦਾ ਮਤਲਬ ਹੈ मीनिंग ਵਿਸ਼ੇਸ਼ਤਾਵਾਂ ਜਾਂ ਲੱਛਣ ਲਿਖਿਆ ਤਾਂ ਕੈਰੈਕਟੈਰਿਸਟਿਕਸ ਦੇਣੀ ਹੈ ਜੇ ਇਸ ਦੇ ਗੁਣ ਲਿਖਿਆ ਤਾਂ ਉੱਥੇ ਵੀ ਇਸ ਦੀਆਂ ਵਿਸ਼ੇਸ਼ਤਾਵਾਂ ਜਾਂ ਲੱਛਣ ਦੇਣੇ ਆ ਅੱਗੇ ਹੈ ਸਮਾਜ ਦੀ ਉਤਪਤੀ ਦੇ ਸਿਧਾਂਤ ਕੇ ਸਮਾਜ ਜਿਹੜੀ ਹੈ ਇਸ ਦਾ ਉਤਪਤੀ ਕਿਸ ਤਰ੍ਹਾਂ ਹੋਈ ਹੈ ਇਸ ਦੇ ਸਿਧਾਂਤ ਹੈ ਇਹ ਆਰਗੇਨਿਕ ਅਤੇ ਸੋਸ਼ਲ ਕੰਟਰੈਕਟ ਥਿਉਰੀ ਆਉਂਦੀ ਹੈ ਜੈਵਿਕ ਅਤੇ ਸਮਾਜਿਕ ਇਕਰਾਰਨਾਮਾ ਅੱਗੇ ਹੈ ਵਿਅਕਤੀ ਤੇ ਸਮਾਜ ਦੇ ਵਿੱਚ ਆਪਸ ਦੇ ਵਿੱਚ ਕੀ ਸੰਬੰਧ ਹੈ ਇਹ ਤੁਹਾਡੇ ਇਸ ਦੇ ਨਾਲ ਦੂਸਰਾ ਪਾਰਟ ਸੈਕੰਡ ਯੂਨਿਟ ਦਾ ਸਮਾਜਿਕ ਸਮੂਹ ਪ੍ਰਾਇਮਰੀ ਗਰੁੱਪਸ ਸੈਕੰਡਰੀ ਗਰੁੱਪ ਇਹ ਤੁਹਾਡੇ ਸਿਲੇਬਸ ਦੇ ਵਿੱਚ ਹੈ ਇਸ ਤੋਂ ਇਲਾਵਾ ਸੋਸ਼ਲ ਗਰੁੱਪ ਦਾ ਤੁਸੀਂ मीनिंग ਕਰਨਾ ਇਸ ਅਰਥ ਵਿਸ਼ੇਸ਼ਤਾਵਾਂ ਅਤੇ ਵਰਗੀਕਰਨ ਵਰਗੀਕਰਨ ਇਸ ਦੀ ਕਲਾਸੀਫਿਕੇਸ਼ਨ ਹੈ ਪ੍ਰਾਇਮਰੀ ਸੈਕੰਡਰੀ ਸਮੂਹ ਏ ਦੇ ਵਿੱਚੋਂ ਅੰਦਰੂਨੀ ਸਮੂਹ ਤੇ ਆਊਟ ਗਰੁੱਪ ਇਨ ਗਰੁੱਪ ਤੇ ਆਊਟ ਗਰੁੱਪ ਵੀ ਕਹਿ ਦਿੱਤਾ ਜਾਂਦਾ ਹੈ ਅੰਦਰੂਨੀ ਸਮੂਹ ਤੇ ਬਾਹਰੀ ਸਮੂਹ ਵੀ ਕਿਹਾ ਜਾਂਦਾ ਹੈ ਰੈਫਰੈਂਸ ਗਰੁੱਪ ਇਹ ਤੁਹਾਡੇ ਸਿਲੇਬਸ ਦੇ ਵਿੱਚ ਹੈ ਇਸ ਦੇ ਵਿੱਚੋਂ ਪੂਰੇ ਯੂਨਿਟ ਚੋਂ ਦੋ ਕੁਐਸਚਨ ਤੁਹਾਨੂੰ ਆਣੇ ਆ ਫਿਰ ਹੈ ਯੂਨਿਟ 3 ਜਿਸ ਦੇ ਵਿੱਚ ਹੈ ਸੱਭਿਆਚਾਰ ਅਰਥ ਵਿਸ਼ੇਸ਼ਤਾਵਾਂ ਸੱਭਿਆਚਾਰਾ ਤੇ ਸੱਭੇਤਾ ਸੱਭਿਆਚਾਰਕ ਪਛੜਾਪਨ ਸੰਸਕ੍ਰਿਤੀਕਰਨ ਸੰਸਕ੍ਰਿਤੀ assimilation ਜਿਸ ਨੂੰ ਸੰਸਕ੍ਰਿਤੀ ਮਿਲਾਨ ਵੀ ਕਿਹਾ ਜਾਂਦਾ ਹੈ ਸੱਭਿਆਚਾਰਿਕ ਬਹੁਲਵਾਦ ਇਸ ਦੇ ਨਾਲ ਹੀ ਸੱਭਿਆਚਾਰ ਦੇ ਮਾਪ ਸੱਭਿਆਚਾਰਿਕ ਗੁਣ ਸੱਭਿਆਚਾਰਿਕ ਪੈਟਰਨ ਸੱਭਿਆਚਾਰਿਕ ਕੰਪਲੈਕਸ ਸੱਭਿਆਚਾਰ ਸਾਪੇਖਵਾਦ ਇਸ ਦੇ ਵਿੱਚੋਂ ਸ਼ਾਰਟ ਕੁਐਸਚਨ ਕਾਫੀ ਨਿਕਲ ਆਉਂਦੇ ਹਨ ਇਹਨਾਂ ਨੂੰ ਧਿਆਨ ਨਾਲ ਕਰਨਾ ਹੈ ਅੱਗੇ ਹੈ ਕਲਚਰ ਇਸ ਦੇ ਨਾਲ ਹੀ ਇੰਗਲਿਸ਼ ਦੇ ਵਿੱਚ ਇਹ ਦਿਖਾਈ ਗਏ ਹੈ ਤਾਂ ਜੋ ਤੁਸੀਂ ਕਨਫਿਊਜ਼ ਨਾ ਹੋਵੋ ਤਾਂ ਕੋਈ ਵਰਡ ਇੱਥੋਂ ਦੇਖਣਾ ਚਾਹੋ ਤਾਂ ਇੱਥੋਂ ਵੀ ਦੇਖ ਸਕਦੇ ਹੋ ਅੱਗੇ ਹੈ ਯੂਨਿਟ 4 ਦੇ ਵਿੱਚ ਸਮਾਜਿਕਕਰਨ ਜਿਸ ਨੂੰ ਕੋਸ਼ੀਅਲਾਈਜੇਸ਼ਨ ਕਿਹਾ ਜਾਂਦਾ ਇਸ ਦਾ मीनिंग ਕਰਨਾ ਤੁਸੀਂ ਇਸ ਦਾ ਅਰਥ ਇਸ ਦੇ ਪੜਾ ਮੀਨਸ ਸਟੇजेस ਕਿਹੜੀਆਂ-ਕਿਹੜੀਆਂ ਐਜੰਸੀਆਂ ਕਿਹੜੀਆਂ ਇਸ ਦੀ ਮੀਡ ਅਤੇ ਕੋਲੇ ਦਾ ਸਿਧਾਂਤ ਕਰਨਾ ਹੈ ਥਿਉਰੀਜ਼ ਕਰਨੀਆਂ ਇਸ ਦੀ ਹੈ ਮੀਡ ਤੇ ਕੋਲੇ ਦੀ ਇਸ ਤੋਂ ਇਲਾਵਾ ਸੋਸ਼ਲ ਕੰਟਰੋਲ ਸਮਾਜਿਕ ਨਿਯੰਤਰਣ ਇਸ ਦਾ ਵੀ ਤੁਸੀਂ मीनिंग ਕਰਨਾ ਹੈ ਪਾਵ ਇਸ ਦੀਆਂ ਕਿਸਮਾਂ ਅਤੇ ਏਜੰਸੀਆਂ ਇਸ ਦੀਆਂ ਰਸਮੀ ਤੇ ਗੈਰ ਰਸਮੀ ਦੋਨੋਂ ਹੀ ਕਰਨੀ ਹੈ ਇਹ ਅਲੱਗ ਤੋਂ ਵੀ ਪੁੱਛਿਆ ਜਾ ਸਕਦਾ ਹੈ ਰਸਮੀ ਕੱਡੀਆਂ ਪੁੱਛੀਆਂ ਜਾ ਸਕਦੀਆਂ ਜਾਂ ਗੈਰ ਰਸਮੀ ਜਾਂ ਇਕੱਠਾ ਵੀ ਏਜੰਸੀਆਂ ਪੁੱਛੀਆਂ ਜਾ ਸਕਦੀਆਂ ਤਾਂ ਤੁਸੀਂ ਸਾਰਾ ਹੀ ਦੇਣਾ ਹੋਵੇਗਾ ਹਾਂਜੀ ਸਟੂਡੈਂਟਸ ਬਾਕੀ ਤੁਸੀਂ ਵੀਡੀਓ ਦੇਖ ਸਕਦੇ ਹੋ ਜਿੱਥੋਂ ਪੂਰੇ ਸਿਲੇਬਸ ਦੇ ਮੋਸਟ ਇੰਪੋਰਟੈਂਟ ਕੁਐਸਚਨ ਸਿਲੇਬਸ ਹਿੰਦੀ ਪੰਜਾਬੀ ਮੀਡੀਅਮ ਦੇ ਵਿੱਚ ਇਸ ਤੋਂ ਇਲਾਵਾ ਸ਼ਿਸ਼ਾ ਲੋਜੀ ਦੇ ਪੂਰੇ ਲੈਕਚਰਸ ਤੁਹਾਨੂੰ ਮਿਲ ਜਾਣਗੇ ਔਰ ਪੰਜਾਬੀ ਕੰਪਲਸਰੀ ਦੇ ਵੀ ਪੂਰੇ ਲੈਕਚਰਸ ਤੁਹਾਨੂੰ ਇੱਥੋਂ ਮਿਲ ਜਾਣਗੇ ਜਿੱਥੋਂ ਤੁਸੀਂ ਤਿਆਰੀ ਕਰ ਸਕਦੇ ਹੋ ਬਹੁਤ ਅچھے ਅੰਕ ਤੁਸੀਂ ਲੈ ਸਕਦੇ ਹੋ ਔਰ ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ